ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦ ਉਹਨਾਂ ਦੇ ਵੱਲੋਂ ਇੱਕ ਨਸ਼ਾ ਤਸਕਰ ਨੂੰ 345 ਗ੍ਰਾਮ ਹੈਰੋਇਨ ਅਤੇ ਇੱਕ ਪਿਸਟਲ ਅਤੇ ਜ਼ਿੰਦਾ ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀ ਨੇ ਇੱਕ ਪ੍ਰੈਸ ਵਾਰਤਾ ਦੇ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਤੋ ਪਿਛਲੇ ਕੁਝ ਦੋ ਤਿੰਨ ਮਹੀਨੇ ਸੇ ਹਮ ਲੋਗ ਇੱਕ ਬੰਦਾ ਹੈ ਸੁਰਜੀਤ ਸਿੰਘ ਸਨ ਔਫ ਪ੍ਰੀਤਮ ਸਿੰਘ, ਯੇ ਵਿਲੇਜ ਮਲਕਪੁਰ ਪੜਤਾ ਹੈ ਰਾਮਦਾਸ ਮੇ, ਉਸਕੇ ਉੱਪਰ ਹਮ ਨਜ਼ਰ ਰੱਖੇ ਹੋਏ ਥੇ। ਤੋ ਹਮੇ ਰਾਤ ਇੱਕ ਸੂਚਨਾ ਮਿਲੀ ਕਿ ਇਸਨੇ ਜੋ ਹੈ ਆਪਣੇ ਜੋ ਐਗਰੀਕਲਚਰ ਲੈਂਡ ਹੈ ਉਸਮੇ ਜੋ ਹੈ ਕੁਛ ਮਾਤਰਾ ਮੇ ਹੀਰੋਇਨ ਜੋ ਹੈ ਛਿਪਾ ਕੇ ਰੱਖੀ ਗਈ ਹੈ, ਜਿਸਕੋ ਯੇ ਜੋ ਹੈ ਇੱਕ ਦੋ ਦਿਨ ਮੇ ਜੋ ਹੈ ਬੇਚਨੇ ਕੀ ਕੋਸ਼ਿਸ਼ ਕਰੇਗਾ। ਫਿਰ ਹਮਨੇ ਜੋ ਹੈ ਇਸਮੇ ਇੱਕ ਆਪਣੀ ਟੀਮ ਜੋ ਹੈ ਹਮਾਰੀ NCB ਅੰਮ੍ਰਿਤਸਰ ਕੀ ਟੀਮ ਕੋ ਹਮਨੇ ਜੋ ਹੈ ਰਾਤ ਮੇ ਡਿਟੇਲ ਕੀਆ, ਉਹਨੇ ਇਸਮੇ ਗਾਂਵ ਕੋ ਜੋ ਹੈ ਰਾਤ ਭਰ ਜੋ ਹੈ ਆਪਣੀ ਵਾਚ ਸਰਵੇਲੈਂਸ ਪੇ ਰੱਖਾ, ਔਰ ਸੁਬਹ ਹੀ ਹੋਤੇ ਹਮਨੇ ਜੋ ਹੈ ਸਰਪੰਚ ਸੇ ਇਸਮੇ ਕੰਟੈਕਟ ਕੀਆ, ਔਰ ਸਰਪੰਚ ਕੀ ਸਰਪੰਚ ਕੋ ਲੈ ਕੇ ਹਮਨੇ ਜੋ ਹੈ ਯੇ ਸੰਦਿਗਧ ਵਿਅਕਤੀ ਜੋ ਸੁਰਜੀਤ ਸਿੰਘ ਸਨ ਔਰ ਪ੍ਰੀਤਮ ਸਿੰਘ ਥਾ ਇਸਕੇ ਘਰ ਪੇ ਗਏ, ਔਰ ਇਸਕੋ ਵਹਾਂ ਸੇ ਲੈ ਕੇ ਹਮਨੇ ਇਸਕੀ ਮੌਜੂਦਗੀ ਮੇ ਹਮਨੇ ਇਸਕੀ ਪੂਰੀ ਫੀਲਡ ਕਾ ਸਰਚ ਕੀਆ। ਸਰਚ ਕੇ ਦੌਰਾਨ ਜੋ ਹੈ ਇਸਕੀ ਫੀਲਡ ਸੇ ਜੋ ਹੈ ਕੁਛ ਈਟੀਆਂ ਜੋ ਬ੍ਰਿਕਸ ਹੋਤੀ ਹੈ ਉਨਕੇ ਨੀਚੇ ਇੱਕ ਸਫੇਦ ਪੋਲੀਥੀਨ ਪ੍ਰਾਪਤ ਹੋਈ, ਜਿਸਮੇ ਜੋ ਹੈ ਹਮਨੇ ਜਬ ਖੋਲਾ ਉਸਕੋ ਤੋ ਉਸਮੇ ਇੱਕ ਕੰਟਰੀ ਮੇਡ ਪਿਸਟਲ ਜੋ ਦੇਸੀ ਕੱਟਾ ਜਿਸਕੋ ਬੋਲਤੇ ਹੈ, ਔਰ 10 ਰਾਊਂਡ ਜੋ 8 mm ਕੇ ਲੌਂਗ ਰਾਊਂਡ ਹੋਤੇ ਹੈ ਵੋ 10 ਰਾਊਂਡ ਉਸਮੇ ਬਰਾਮਦ ਹੋਏ, ਔਰ ਉਸਮੇ ਇੱਕ ਪੈਕਟ ਥਾ ਜਿਸਸੇ ਪੀਲਾ ਟੇਪ ਲਗਾ ਹੁਆ ਥਾ ਅਦੇਸੀਵ ਟੇਪ ਥਾ ਵੋ ਬਰਾਮਦ ਹੁਆ ਛੋਟਾ ਪੈਕਟ। ਵੇਟ ਕਰਨੇ ਪੇ ਜਬ ਹਮਨੇ ਦੇਖਾ ਉਸਕੋ ਖੋਲ ਕੇ ਦੇਖਾ ਤੋ ਉਸਮੇ ਜੋ ਹੈ ਸਸਪੈਕਟਡ ਹੀਰੋਇਨ ਜੈਸਾ ਸਬਸਟਾਂਸ ਥਾ, ਔਰ ਉਸਕਾ ਵੇਟ ਜੋ ਹੈ 345 ਗ੍ਰਾਮ ਪਾਇਆ ਗਿਆ। ਪੁੱਛਣੇ ਪੇ ਇਸਨੇ ਬਤਾਇਆ ਕਿ ਇਸਨੇ ਪਿਛਲੇ 3 ਮਹੀਨੇ ਮੇ ਜੋ ਹੈ 1.5 ਕਿਲੋ ਹੀਰੋਇਨ ਔਰ ਬੇਚ ਦੀ ਹੈ, ਔਰ ਯੇ ਆਧਾ ਕਿਲੋ ਕੇ ਖੇਪ ਮੇ ਜੋ ਹੈ ਹੀਰੋਇਨ ਕੋ ਬੇਚਤਾ ਹੈ, ਔਰ ਆਪਣੀ ਖੇਤ ਸੇ ਹੀ ਯੇ ਜੋ ਹੈ ਹੀਰੋਇਨ ਕੀ ਤਸਕਰੀ ਕੇ ਕਾਮ ਜੋ ਹੈ ਅੰਜਾਮ ਦੇਤਾ ਹੈ। ਗ੍ਰਾਹਕ ਇਸਕੇ ਪਾਸ ਆਤੇ ਹੈ ਹੀਰੋਇਨ ਲੈ ਕੇ ਜਾਤੇ? ਹਾਂ, ਇਸਕੇ ਕੁਛ ਪਰਟੀਕੁਲਰ ਗ੍ਰਾਹਕ ਹੈ ਜੋ 50 ਗ੍ਰਾਮ 100 ਗ੍ਰਾਮ ਇਸਸੇ ਲੈ ਕੇ ਜਾਤੇ ਹੈ, ਤੋ ਯੇ ਕੁਛ ਇਸਕੇ ਗਿਨੇ ਚੁਨੇ ਗ੍ਰਾਹਕ ਹੈ ਵੋ ਵਹਾਂ ਪੇ ਇਸਕੇ ਬੰਬੀ ਪੇ ਆਤੇ ਹੈ, ਔਰ ਵਹੀਂ ਸੇ ਇਸਸੇ ਜੋ ਹੈ ਹੀਰੋਇਨ ਲੈ ਕੇ ਚਲੇ ਜਾਤੇ ਹੈ। ਯੇ ਹੀਰੋਇਨ ਕਹਾਂ ਸੇ ਆਈ? ये अभी तक जो हमारे इंटरोगेशन में आया है ये हीरोइन जो है रामदास का एक ड्रग स्मगलर है, मेजर ड्रग स्मगलर है, जिसके रिगार्डिंग हम दबिश अभी जारी रखे हुए हैं अपनी। उसने जो है इसको जो है 2 किलो हीरोइन पिछले 2 महीने में दी है, और उसमें से ये हीरोइन भी उसने इसी को दी थी, और इसको कहा था कि इस हीरोइन को जो है 12 लाख रुपये पर KG के हिसाब से, 14 लाख रुपये पर KG के हिसाब से बेचे, और ये देसी कट्टा राउंड है इसके लिए उसने कहा था इसको कि 80,000 रुपये के हिसाब से इसका कोई ग्राहक ढूंढना है, जो इस 80,000 रुपये इसका देता है उसको इसको बेच दीजिएगा। कुल मिलाकर हथियारों और ड्रग्स की दोनों की स्मगलिंग करते थे? हाँ जी, ये जो है कुल मिलाकर आप कह सकते हैं कि हथियारों की स्मगलिंग में भी ये इन्वॉल्व है, और ये बहुत तेज़ी से आगे बढ़ने वाला स्मगलर है उस एरिया का, और धीरे धीरे जो है ये स्मॉल क्वान्टिटी से मेजर क्वान्टिटी में डील करने लगा है। सर, इसके संबंध पाकिस्तान से भी है? अभी तक तो कोई पाकिस्तान से इसके लिंक निकल के नहीं आए हैं, लेकिन ये जो जिस स्मगलर की बात कर रहा है वो एक मेजर स्मगलर है, पहले से ही NCB के रडार पर बहुत सारे स्मगलर्स बॉर्डर एरिया के हैं, तो अभी हम उसके जो है अगेंस्ट में दबिश जारी रखे हुए हैं, जैसे वो मिलता है हम लिंक इस्टेब्लिश करने की कोशिश करते हैं। अभी इसकी मात्रा कितनी है? अभी इसकी 345 ग्राम है ये हीरोइन की मात्रा है जो हमने जब्त की है। तो क्या इससे और बड़े तलाशी होने की उम्मीद है? हाँ बिल्कुल, इससे और भी चीज़ें तलाशी होने की उम्मीद है, अभी हमारी इन्वेस्टिगेशन जारी है, अगर ये बताता है क्या इसने कहीं और पर भी डंप किया हुआ है, अगर ऐसी कोई नॉलेज आती है तो हम फिर दोबारा सर्च करने के लिए जो है अपनी टीम को रवाना करेंगे। नहीं, अभी तक हमने इसमें किसी और एजेंसी की मदद नहीं ली है, ठीक है, तो लेकिन अभी हम जो है जैसे इसमें आर्म्स वगैरह बरामद हुए हैं तो इसमें हम जो है पंजाब पुलिस से जो है संपर्क बनाएंगे, और शायद जो आगे की जो है जॉइंट सर्च ऑपरेशंस होंगे जो पंजाब पुलिस के साथ जो है एक्टिवली इसमें जॉइंट सर्च किए जाएंगे। अमृतसर साहिब तो हर्ष पुंज की रिपोर्ट, जगत सेवक वेब TV।
Audio Jungle.